ਅਸਲਾਮ ਅਲੈਕੁਮ ਜੀ, ਕਿਆ ਹਾਲ ਹੈ ਜੀ? ਤੁਸੀਂ ਠੀਕ ਠਾਕ ਹੋ? ਮੈਂ ਵੀ ਜੀ ਬਿਲਕੁਲ ਠੀਕ ਠਾਕ ਹਾਂ। ਵੈਲਕਮ ਟੂ ਮਾਈ ਚੈਨਲ ਅਤੇ ਵੈਲਕਮ ਟੂ ਅ ਨਿਊ ਐਨਦਰ ਵਲੋਗ। ਅਤੇ ਜੀ ਸੁਬਹ ਦਾ ਆਗਾਜ਼ ਹੋਇਆ ਅਤੇ ਅੱਜ ਜੀ ਫਿਰ ਮੈਂ ਸਕੂਲ ਗਈ ਹੋਈ ਸਾਂ ਇੱਥੇ, ਅਤੇ ਅਸੀਂ ਜੀ ਬ੍ਰੇਕ ਦਾ ਟਾਈਮ ਸੀ ਅਤੇ ਫਰੈਂਡਸ ਨਾਲ ਜੀ ਮੈਂ ਚੱਲੀ ਸੀ ਇੱਥੇ ਉੱਥੇ ਕੈਰਾਫੋਰ ਸੀ ਨਜ਼ਦੀਕ, ਅਤੇ ਅਸੀਂ ਆਖਿਆ ਕਿ ਚਲੋ ਚੱਲ ਕੇ ਕੁਛ ਖਾਣੇ ਵਾਸਤੇ ਚੀਜ਼ ਕੋਈ ਲੈ ਕੇ ਆਵੀਏ। ਅਤੇ ਰਸਤੇ ਵਿੱਚ ਜੀ ਇਹ ਵੇਖੋ ਮੌਸਮ ਬੜਾ ਸੋਹਣਾ ਸੀ ਅਤੇ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ ਸੀ, ਅਤੇ ਇਹ ਵੇਖੋ ਸਾਹਮਣੇ ਸਾਡੀ ਮੈਡਮ ਸਨ ਹੈ, ਅਤੇ ਇਹ ਵੀ ਉਹਨਾਂ ਕੈਰਾਫੋਰ ਤੋਂ ਚੀਜ਼ ਲੈ ਕੇ ਆ ਰਹੇ ਸਨ, ਅਤੇ ਇਹ ਜੀ ਸਟੂਡੈਂਟ ਵੀ ਕੋਈ ਸਨ। ਅਤੇ ਅਸੀਂ ਜੀ ਸਲਾਹ ਕੀਤੀ ਕਿ ਚਲੋ ਅਸੀਂ ਵੀ ਅੱਜ ਜ਼ਰਾ ਕੁਝ ਥੋੜ੍ਹੀ ਬੜੀ ਪਾਰਟੀ ਸ਼ਾਰਟੀ ਕਰ ਲਈਏ ਅਤੇ ਚੱਲ ਕੇ ਕੁਝ ਖਾਣ ਵਾਸਤੇ ਲੈ ਆਈਏ। ਅਤੇ ਬਸ ਜੀ ਅਸੀਂ ਆਰਾਮ ਸਕੂਨ ਨਾਲ ਜਿਹੜਾ ਨਾ ਗੱਲਾਂ ਕਰਦੀਆਂ ਹੋਈਆਂ ਬਸ ਉੱਧਰ ਜਾ ਰਹੀਆਂ ਸੀ, ਅਤੇ ਇਹ ਪਤਾ ਨਹੀਂ ਸਾਹਮਣੇ ਕੋਈ ਘਰ ਸੀ ਜਾਂ ਕੀ ਸੀ, ਜੇ ਬੜਾ ਹੀ ਮੈਨੂੰ ਸੋਹਣਾ ਲੱਗ ਰਿਹਾ ਸੀ। ਅਤੇ ਮੈਂ ਜੀ ਇਹਨੂੰ ਵੇਖ ਰਹੀ ਸਾਂ ਇੱਥੇ ਕਿ ਬੜਾ ਖੂਬਸੂਰਤ ਮੈਨੂੰ ਲੱਗਦਾ ਪਿਆ ਸੀ, ਅਤੇ ਨਾਲ ਜੀ ਉਹਦੇ ਛੋਟਾ ਸਾਰਾ ਇੱਕ ਹੋਰ ਘਰ, ਉਹਦਾ ਜੀ ਗੇਟ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਫਿਰੋਜ਼ੀ ਜਿਹਾ, ਅਤੇ ਵਿੱਚ ਉਹਦੇ ਦਰਖਤ ਵੀ ਲੱਗਿਆ ਹੋਇਆ ਸੀ। ਅਤੇ ਮੈਂ ਸੋਚ ਰਹੀ ਸਾਂ ਕਿ ਵੀ ਕਿਸੇ ਬੰਦੇ ਦਾ ਆਪਣਾ ਜ਼ਾਤੀ ਘਰ ਇੱਥੇ ਆਉਣਾ। ਬਸ ਜੀ ਇੱਥੇ ਬੜੇ ਖੁਸ਼ਕਿਸਮਤ ਬੰਦੇ ਨੇ ਲੋਕ ਜਿਨ੍ਹਾਂ ਦਾ ਆਪਣਾ ਜਿਹੜਾ ਨਾ ਜ਼ਾਤੀ ਘਰ ਹੁੰਦਾ, ਨਹੀਂ ਤਾਂ ਜੀ ਇੱਥੇ ਘਰ ਡੂੜਦਿਆਂ ਡੂੜਦਿਆਂ ਤੁਹਾਨੂੰ ਸਾਲ ਲੱਗ ਜਾਂਦੇ ਨੇ। ਅਤੇ ਜੀ ਅੱਗੇ ਵੇਖੋ ਬੜੀ ਰੌਣਕ ਸੀ ਕਿਉਂਕਿ ਆਸ ਪਾਸ ਜਿਹੜਾ ਉਹ ਕਾਫੀ ਲੋਕ ਸਨ, ਅਤੇ ਬਾਰਿਸ਼ ਦਾ ਮੌਸਮ ਸੀ, ਤਾਂ ਜੀ ਬਾਰਿਸ਼ ਬੜੀ ਆ ਰਹੀ ਸੀ, ਠੰਡਾ ਬਿਲਕੁਲ ਮੌਸਮ ਸੀ। ਅਤੇ ਇਹ ਵੇਖੋ ਸਾਰੇ ਕੈਰਾਫੋਰ 'ਚ ਬੰਦੇ ਜਿਹੜੇ ਨੇ ਚੀਜ਼ਾਂ ਲੈ ਕੇ ਨਿਕਲ ਰਹੇ ਸਨ, ਅਤੇ ਇਹ ਜੀ ਸਾਹਮਣੇ ਫਿਰ ਵੇਖੋ ਮੇਰੀ ਫਰੈਂਡ ਸੀ ਜਾ ਰਹੀ ਸੀ ਅੱਗੇ, ਅਤੇ ਪਿੱਛੇ ਦੋ ਮੇਰੇ ਪਿੱਛੇ ਵੀ ਸਨ। ਬਸ ਜੀ ਅਸੀਂ ਫਿਰ ਹੌਲੀ ਹੌਲੀ ਗੱਲਾਂ ਕਰਦਿਆਂ ਕਰਦਿਆਂ ਜੀ ਆਖਰਕਾਰ ਪਹੁੰਚ ਗਈਆਂ ਕੈਰਾਫੋਰ, ਅਤੇ ਚਲੋ ਜੀ ਤੁਹਾਨੂੰ ਵਿਖਾਉਂਦੇ ਹਾਂ ਜੀ ਫਿਰ ਅਸੀਂ ਇੱਥੋਂ ਕੀ ਲਿਆ ਅਤੇ ਕੀ ਫਿਰ ਇੱਥੋਂ ਜੀ ਮਿਲਦਾ। ਅਤੇ ਇਹ ਵੇਖੋ ਬੜਾ ਸੋਹਣਾ ਜਿਹਾ ਮੌਲ ਹੈ। ਲੈ ਜੀ ਹਮ ਆਏ ਹੈ ਇੱਧਰ ਮਾਰਕੀਟ ਮੇਂ ਕੁਛ ਖਾਣੇ ਕੇ ਲਿਏ ਲੈਣੇ, ਲੰਚ ਟਾਈਮ ਕਿਆ ਲੈਣੇ ਲੱਗੀ ਹੈ ਆਪ? ਯੇ ਜੀ ਫਰੈਂਡਸ ਲੈ ਰਹੀ ਹੈ, ਕਿਆ ਕਿਆ? ਅੱਛਾ ਯੇ ਕਿਆ ਹੈ? ਯੇ ਪੀਜ਼ਾ ਹੈ, ਪੀਜ਼ਾ ਦਾ ਪੀਜ਼ਾ ਹੈ। ਪੀਜ਼ਾ ਮੇਂ ਕਿਆ ਕਿਆ ਮਿਕਸ ਕਰ? ਹਲਾਲ ਖਾਤੇ ਹੋ ਆਪ ਵੀ? ਹਲਾਲ ਖਾਤੇ ਹੋ ਆਪ ਵੀ ਕਿ ਦੂਸਰਾ ਵੀ ਖਾ ਲੈਤੇ ਹੋ? ਯੇ ਕਿਆ ਹੈ? ਯੇ ਕਿਆ ਹੈ? ਯੇ ਤੋ ਪੀਜ਼ਾ ਹੈ ਔਰ ਯੇ ਕਿਆ ਹੈ? ਯੇ ਪੀਜ਼ਾ ਗਰਮ ਗਰਮ ਹੈ, ਇਹ ਤਾਂ ਖਰਾ ਹੈ ਨਾ? ਠੀਕ ਹੈ। ਆ ਕੀ ਆ? ਇਹ ਗਰਮ ਗਰਮ ਹੈ, ਇਹ ਖਰਾ। ਹਾਂ ਚਲੋ ਉਹ ਲੈ ਲਓ, ਇਸ ਤੋਂ ਬਿਹਤਰ ਉਹ ਹੀ ਲੱਗ ਰਿਹਾ। ਆਪ ਕਿਆ ਲੈ ਰਹੀ ਹੈ? ਯੇ ਦੇਖੀ ਜੀ ਕਿਆ ਲੈ ਰਹੀ ਹੈ ਆਪਨੇ, ਕਿਆ ਲੈਣਾ ਹੈ? ਇਹ ਕੀ ਹੈ ਪਤਾ ਨਹੀਂ ਹੈ ਕੀ, ਮੈਨੂੰ ਨਹੀਂ ਸਮਝ ਪੈਂਦੀ ਹੁੰਦੀ। ਉਧਰ ਸੇ ਪੁੱਛ ਲਓ, ਵਹਾਂ ਸੇ ਨੋ, ਨਹੀਂ ਪਸੰਦ ਆਇਆ ਉਹਨੂੰ, ਨਹੀਂ ਪਸੰਦ ਆਇਆ। ਔਰ ਰਿਮਸ਼ਾ ਕਿੱਧਰ ਗਈ ਹੈ? ਹਾਂ ਬਸ ਵਿਹਲੀ ਯਾਰ, ਉਹ ਕਿੱਧਰ ਗਈ? ਉਹ ਪੈਮੀ ਕਿੱਧਰ ਗਈ? ਉਹਨੂੰ ਮੈਂ ਨਿੱਕਾ ਜਿਹਾ ਪੀਜ਼ਾ ਲੈ ਦਿੱਤੇ ਉੱਥੋਂ, ਮੈਂ ਕਿ ਤੂੰ ਆ ਖਾ, ਪਤਾ ਨਹੀਂ ਉਹਨਾਂ ਲਾ ਲੈ ਯਾਰ। ਪੇਮਾ ਪੇਮਾ ਹਾਂ ਆਜੋ ਆਜੋ, ਕੋਈ ਦੂਰ ਲਵੇ ਉਹ ਉਹ ਵੀ ਉੱਥੇ ਫਸੀ ਆ, ਤੂੰ ਲੱਗ ਲੈਣ ਵਿੱਚ, ਮੈਂ ਆਉਂਦੀ ਹਾਂ। ਚੋਕਲੇਟ ਲੈ ਲਓ ਚੋਕਲੇਟ, ਇਹ ਦੇਖੇ ਜੀ ਕਿਤਨੇ ਕੀ ਹੈ, ਇਹਨਾਂ ਨੇ 5 ਕੀ ਲਗਾਈ ਹੋਈ ਹੈ, 9 ਕੀ ਲਗਾਈ ਹੋਈ ਹੈ,
ये देखें जी चॉकलेट है यहाँ पे लगी हुई, यहाँ पे देखें जी ऊपर क्या लगा हुआ है, वाइन्स लगी हुई हैं, इधर जी सब्जी हैं, ये देखें जी खूबसूरत ब्यूटीफुल फ्लावर, किन्ने देने कितने देने पता नहीं किन्ने देने, लग जाने तो पिछो। सब्जी देखते हैं जी आ की ने सलाद के पत्ते, टमाटर, आंदी पईयां, ये खाते हैं जी ये गोरे। A few moments later. ਮੈਂ ਸੱਚੀ ਸਮਝਿਆ ਪਰ ਮੈਨੂੰ ਛੱਡ ਕੇ ਟੁਰ ਗਈਆਂ, ਮੈਂ ਆਦੀ ਪਈ ਹਾਂ ਵਾਹੁਣ, ਮੈਂ ਖੜਾ ਜਾਣਾ ਆਈ। ਬਾਰਿਸ਼ ਹੋ ਰਹੀ ਹੈ ਦੇਖੀ ਜੀ, ਮੌਸਮ ਬੜਾ ਸੁਹਾਣਾ ਸੁਹਾਣਾ ਬਣ ਗਿਆ, ਬਸ ਬੱਦਲ ਵੇਖੋ ਚੈੱਕ ਕਰੋ, ਕਨ ਮਨ ਲੱਗ ਗਈ ਹੈ। ਹਾਂ ਬਾਰਿਸ਼ ਤੇਜ਼ ਆ ਗਈ, ਨਿਕਲੋ ਜਾਓ ਨੀ ਮਾਮਾ ਮਾਮਾ, ਇਤਨੀ ਤੇਜ਼ ਬਾਰਿਸ਼ ਆ ਗਈ ਹੈ, ਓਏ ਹੋਏ ਹੋਏ ਠੱਡੀ ਵਾਹ। ਮੂੰਹ ਚ ਆਇਆ ਨਾ ਇੰਝ ਤੇਜ਼ ਤੇਜ਼ ਭੱਜੀ ਹਨ ਨਾ, ਹਾਏ ਚਲਤੇ ਹਾਂ ਜੀ ਅੰਦਰ ਕਲਾਸ ਮੇ, ਬੜੀ ਬਾਰਿਸ਼ ਆ ਗਈ ਤੇਜ਼। A few moments later. ਆ ਜੀ ਅਸੀਂ ਇਹ ਦੇਖੇ ਜੀ, ਇਹ ਹਮਨੇ ਲੀਏ ਹੈ ਕੀ ਨਾ ਨਾ ਖਿਦ ਨਹੀਂ, ਇਹ ਵੈਫਰ ਵੈਫਰ ਲੀਏ ਹੈ, ਤੋ ਇਹ ਕਾਲੀਆਂ ਜੋ ਹੈ ਇਹ ਕਹਤੀ ਹੈ ਇਹ ਆਰਾਮ ਹੈ, ਨੋ ਮੈਕਸੀ ਅਲਾਵਰ ਕਰ ਇੱਕ ਦੇ ਛੱਡ ਤੂੰ। ਇਹ ਜੀ ਇਹਨਾਂ ਨਾਲ ਇਹਨਾਂ ਨੇ ਸਾਨੂੰ ਕਿਹਾ ਕਿ ਇਹ ਆਰਾਮ ਨੇ, ਆਹ ਵੇਖੋ ਸਕੈਨ ਹੋ ਰਿਹਾ। ਆ ਲਾਲ ਓਕੇ, ਤੁਹਾਡਾ ਲਾਲ ਹੈ ਤੇ ਸਾਡਾ ਪਾਕਿਸਤਾਨ ਨਹੀਂ, ਇਹਦੇ ਵਿੱਚ ਵੇਖ ਲੈ ਕੁਝ ਵੀ ਆਰਾਮ ਵਾਲਾ, ਮਿਹਨਤ ਨਹੀਂ ਪਿਆ ਲੱਗਦਾ ਇਹਦੇ ਵਿੱਚ। ਚਲੋ ਜੀ ਮੌਸਮ ਬੜਾ ਸੋਹਣਾ, ਬਾਰਿਸ਼ ਹੈ ਤੇ ਆਹ ਸਾਨੂੰ ਖਾਣ ਇਹਨਾਂ ਨਹੀਂ ਦਿੱਤੇ, ਆ ਵੇਖੋ ਸਾਡੇ ਪਏ ਹੋਏ ਨੇ। ਮੈਂ ਦੀ ਉਹ ਛੱਡਦੇ ਖਾ ਲੈਂਦੀ ਹਾਂ, ਮੁੜ ਪਿੱਛੇ ਪੁੱਛ ਲਈ ਸਾ ਤੂੰ ਚੱਲ ਅਸੀਂ ਆਈਆਂ।
ਆ ਅੱਜ ਖਾ ਕੇ ਆਈ ਹਾਂ ਤੂੰ ਚੱਲ ਨਹੀਂ ਉਹਦੀ ਮੈਂ ਖਵਾ ਕੇ ਜਾਣਾ ਤੂੰ ਚੱਲ ਕਲਾਸ ਵਿੱਚ ਚੱਲ ਜ਼ਰਾ ਇੱਥੇ ਸੱਟ ਮੈਂ ਕਿਹਾ ਬਿਸਕਟ ਖਾ ਲਈਏ ਨਾ ਐਣੇ ਨੋ ਮੋਈਏ ਹੁਣ ਮੈਂ ਨਹੀਂ ਖਾਣੇ ਪਰ ਤੂੰ ਜਾ ਰਹਿਣਾ ਤਾਂ ਮੈਂ ਖਾਣੇ ਨਹੀਂ ਅਜੇ ਤਾਂ ਸੱਟ ਨਹੀਂ ਹੋਇਆ ਅਜੇ ਰਹਿਣ ਦੇ ਉਹ ਪੁੱਛ ਲਵੀਏ ਸਾਡੇ ਪੈਸੇ ਨਾ ਜ਼ਾਇਆ ਕਰ ਹਾਂ ਲਾਲ ਨਾ ਤੂੰ ਸਾਡੇ ਸੱਟੂ ਹਲਾਲ ਹੈ ਤੇ ਤੂੰ ਵੀ ਖਾ ਤੂੰ ਹੀ ਖਾ ਜਾਣ ਦੇਸ ਨੀ ਇੰਨੇ ਇੰਨੇ ਨੂੰ ਖਾਣਾ ਤੇ ਨਸ ਜਾ ਕਲਾਸ ਵਿੱਚ ਹੁਣ ਸਾਡਾ ਤੂੰ ਜ਼ਾਇਆ ਕਰਾਉਂਗਾ ਅੱਧੀ ਵਿੱਚ ਸਾਠ ਬਾਸਕਟ ਵਿੱਚ ਚੁੱਕਰ ਕਰ ਮੈਂ ਸੱਟਣ ਨਹੀਂ ਦਿੱਤਾ ਨਹੀਂ ਤੇ ਪੈਸੇ ਵੀ ਜ਼ਾਇਆ ਬੜੇ ਹਨ ਚੰਬੜ ਗਈਆਂ ਨੀ ਸਾਨੂੰ ਭਾਈ ਨਾ ਖਾਓ ਨਾ ਖਾਓ A few moments later. ਲੈ ਜੀ ਛੁੱਟੀ ਤਾਂ ਹੋ ਗਈ ਹੈ ਪਰ ਜੀ ਬੱਸ ਕੋ ਨਹੀਂ ਆਈ ਤੇ ਪੈਦਲ ਚੱਲ ਕੇ ਜਾਣਾ ਪੈ ਗਿਆ ਬੜੀ ਰਸਤੇ ਵਿੱਚ ਜੀ ਟ੍ਰੈਫਿਕ ਸੀ ਅਤੇ ਬੱਸ ਮੇਰੀ ਕੋ ਨਹੀਂ ਆਈ ਅਤੇ ਮੈਂ ਜੀ ਪੈਦਲ ਆਉਣਾ ਪੈ ਗਿਆ ਅਤੇ ਲੱਤਾਂ ਨੂੰ ਬੜੀ ਦਰਦ ਹੈ ਅੱਜ ਮੈਨੂੰ ਕਾਫੀ ਜ਼ਿਆਦਾ ਪੈਦਲ ਚੱਲਣਾ ਪੈ ਗਿਆ ਬਸ ਜੀ ਮੈਂ ਵੀ ਤੁੱਕੇ ਅਤੇ ਫਿਰ ਟੁਰਨੀ ਆਈ ਹਾਂ ਅਤੇ ਪਹੁੰਚਣੇ ਵਾਲੀਆਂ ਕਾਰ ਅੱਜ ਪਤਾ ਨਹੀਂ ਜੀ ਬੱਸ ਨੂੰ ਕੀ ਸੀ ਪਤਾ ਨਹੀਂ ਕਿਤੇ ਗਈ ਬੱਸ ਪਹਿਲਾਂ ਤਾਂ ਆ ਜਾਂਦੀ ਸੀ ਅੱਜ ਉੱਥੋਂ ਕਾਫੀ ਇੰਤਜ਼ਾਰ ਤੋਂ ਬਾਅਦ ਵੀ ਫਿਰ ਵੀ ਨਹੀਂ ਆਈ ਹਾਂ ਅਤੇ ਜੀ ਮੈਂ ਘਰ ਪਹੁੰਚਣੇ ਵਾਲੀਆਂ ਅਤੇ ਜੀ ਉੱਥੇ ਪਹੁੰਚ ਕੇ ਫਿਰ ਤੁਹਾਨੂੰ ਮਿਲਦੀ ਹਾਂ ਲਓ ਜੀ ਮੈਂ ਜੀ ਘਰ ਪਹੁੰਚ ਗਈ ਹਾਂ ਅਤੇ ਬੜਾ ਜੀ ਅੱਜ ਥੱਕ ਗਈ ਹਾਂ ਬੱਸ ਤਾਂ ਨਹੀਂ ਆਈ ਅਤੇ ਉਹਨੇ ਬੜਾ ਜ਼ਲੀਲ ਕੀਤਾ ਡਰਾ ਡਰਾ ਕੇ ਮਾਰ ਦਿੱਤਾ ਅਤੇ ਮੇਰੇ ਸਿਰ ਨੂੰ ਬੜੀ ਸਖਤ ਦਰਦ ਹੋ ਪਈ ਹੈ ਅਤੇ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇਗੀ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਅਤੇ ਕਮੈਂਟ ਲਾਜ਼ਮੀ ਕਰੋ ਓਕੇ ਜੀ ਫਿਰ ਮਿਲੂੰਗੀ ਆਪਕੋ ਕਿਸੀ ਨੈਕਸਟ ਵੀਡੀਓ ਮੇ ਤਬ ਤੱਕ ਕੇ ਲਈ ਆਪਣਾ ਖਿਆਲ ਰੱਖੇ ਦੁਆ ਮੇ ਯਾਦ ਰੱਖੇ ਓਕੇ ਜੀ ਅੱਲਾ ਹਾਫਿਜ਼